ਪੰਜਾਬ ਚ ਵੀ ਕੁਦਰਤ ਨੇ ਬਹੁਤ ਲੰਮੇ ਸਮੇਂ ਦੀ ਇੰਤਜ਼ਾਰ ਤੋਂ ਬਾਅਦ ਰੰਗ ਦਿਖਾਇਆ ਹੈ। ਔਰ ਕੱਲ ਕੁਦਰਤ ਨੇ ਮੀਂਹ ਪਾਇਆ, ਇੰਦਰ ਦੇਵਤਾ ਖੁਸ਼ ਹੋਇਆ ਹੈ ਔਰ ਇੰਦਰ ਦੇਵਤਾ ਨੇ ਕੈਪਟਨ ਅਮਰਿੰਦਰ ਨੂੰ ਵੀ ਕੱਲ ਖੁਸ਼ ਕੀਤਾ ਹੈ। ਅਮਰਿੰਦਰ ਨੂੰ ਇਹ ਮੌਕਾ ਦਿੱਤਾ ਹੈ ਕਿ ਜਿਹੜੇ ਪੰਜਾਬ ਦੇ ਇੰਡਸਟਰੀਅਲਿਸਟ ਨੇ ਉਹ ਹੁਣ ਖੁਸ਼ ਹੋ ਲੈਣ। ਕੱਲ ਮੀਂਹ ਪਿਆ, ਮੀਂਹ ਪੈਣ ਨਾਲ ਇੱਕੋ ਦਮ 8,000 ਤੱਕ ਜਿਹੜੀ ਹੈ ਮੈਗਾਵਾਟ ਜਿਹੜੀ ਸਾਡੀ ਲੋੜ ਹੁੰਦੀ ਹੈ ਨਾ ਜ਼ਰੂਰਤ, ਜਿਹੜੀ 14,500 ਕਿਲੋਵਾਟ ਤੇ ਚਲੀ ਗਈ ਸੀ, ਜਿਹਦੇ ਕਾਰਨ ਪੰਜਾਬ ਨੂੰ ਜਿਹੜਾ ਬਿਜਲੀ ਸੰਕਟ ਦਾ ਸਾਹਮਣਾ ਕਰਨਾ ਪਿਆ ਸੀ। ਬਾਹਰੋਂ ਬਹੁਤ ਮਹਿੰਗੀ ਬਿਜਲੀ ਖਰੀਦਣੀ ਪਈ ਸੀ। ਅੱਜ ਦੋਨੇ ਗੱਲਾਂ ਆਰਾਮ ਨਾਲ ਠੀਕ ਹੋ ਗਈਆਂ। ਮੀਂਹ ਪੈ ਗਿਆ, ਉਹਦੇ ਨਾਲ ਬਿਜਲੀ ਦੀ ਕਮੀ ਆ ਗਈ ਔਰ ਦੂਜੇ ਪਾਸੇ ਜਿਹੜਾ ਤਲਵੰਡੀ ਸਾਬੋ ਦਾ ਕਈ ਦਿਨ ਤੋਂ ਬੰਦ ਪਏ ਸੀ 3 ਯੂਨਿਟ, ਉਹਨਾਂ ਚ ਦੂਜਾ ਯੂਨਿਟ ਚੱਲ ਪਿਆ, ਉਹਦੇ ਨਾਲ ਵੀ ਜਿਹੜਾ ਹੈ ਫਾਇਦਾ ਹੋਇਆ। ਸੋ ਬਿਜਲੀ ਦੀ ਹੁਣ ਪੰਜਾਬ ਦੇ ਵਿੱਚ ਉਸ ਤਰ੍ਹਾਂ ਦਾ ਸੰਕਟ ਨਹੀਂ ਰਹੇਗਾ, ਖਤਮ ਹੋ ਗਿਆ। ਔਰ ਕੈਪਟਨ ਸਾਹਿਬ ਨੇ ਨਾਲ ਦੀ ਨਾਲ ਕੱਲ ਹੀ ਇਹ ਆਰਡਰ ਕਰਤਾ ਕਿ ਪੰਜਾਬ ਦੇ ਵਿੱਚ ਉਦਯੋਗਾਂ ਨੂੰ ਜਿਹੜੀ ਬਿਜਲੀ ਦੇ ਕੱਟ ਲਾਇਆ ਸੀ ਤੇ ਉਹ ਜਿਹੜੇ 1,000 ਜੇ ਕਿਲੋਵਾਟ ਦੀ ਲੋੜ ਹੈ ਤਾਂ ਉਹਨਾਂ ਨੂੰ ਕਿਹਾ ਸੀ ਕਿ ਤੁਸੀਂ ਸਿਰਫ 10ਵਾਂ ਹਿੱਸੇ ਹੀ ਵਰਤ ਸਕਦੇ ਹੋ। ਉਹ ਸਾਰਾ ਪਾਬੰਦੀਆਂ ਖਤਮ ਕਰਕੇ ਹੁਣ ਪੰਜਾਬ ਦੇ ਹਾਲਾਤ ਨੋਰਮਲ ਨੇ। ਨੋਰਮਲ ਰਹੇ ਤਾਂ ਠੀਕ ਹੈ,